ਸਾਡੀ ਭਰਾ ਹੋਰਾਂ ਨੇ ਜਿਹੜਾ ਹੈਗਾ ਕਿ ਹਮੇਸ਼ਾ ਸਾਡਾ ਭਰਾਵਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਰਿਹਾ ਅਤੇ ਇੱਕ ਦੂਜੇ ਦੇ ਲਈ ਇੱਕ ਦੂਜਿਆਂ ਦੇ ਪਰਿਵਾਰਾਂ ਦੇ ਲਈ ਅਸੀਂ ਅਕਸਰ ਇਕੱਤਰ ਹੁੰਦੇ ਰਹੇ ਹਾਂ, ਮਿਲਦੇ ਜੁਲਦੇ ਰਹੇ ਹਾਂ ਅਤੇ ਅੱਜ ਵੀ ਜਿਹੜਾ ਪਿਆਰ 20-25 ਸਾਲ ਪਹਿਲਾਂ ਸੀ ਅੱਜ ਵੀ ਓਨਾ ਹੀ, ਉਹ ਤੋਂ ਜ਼ਿਆਦਾ ਵਧਿਆ ਹੀ ਹੈ। ਔਰ ਇਹੀ ਦੁਆ ਹੈ ਕਿ ਇਹ ਵਾਧਾ ਹੀ ਚਲਿਆ ਜਾਊਗਾ। ਗਾਂ ਬੱਚੇ ਆ ਗਏ ਬੱਚਿਆਂ ਦੇ, ਫਿਰ ਬੱਚੇ ਦੇ ਗਾਂ ਬੱਚੇ ਆ ਗਏ ਉਹਨਾਂ ਦੇ, ਬਾਬਾ ਜੀ ਹੋ ਗਏ ਫਿਰ ਬਾਬਾ ਜੀ ਦੇ ਤੁਸੀਂ ਬੱਚੇ ਆ ਗਏ, ਤੁਹਾਡੇ ਗਾਂ ਬਾਟੀ ਤੁਹਾਡੇ ਬੱਚੇ ਆ ਗਏ ਜਿਹੜੇ ਬੜੀ ਦੇਰ ਤੋਂ ਜੁੜੇ ਹੋਏ ਨੇ। ਸੋ ਇਹ ਇਹ ਵੀ ਜੁੜਿਆ ਵੀ ਉੱਥੇ ਹੀ ਜਾਇਆ ਜਾ ਸਕਦਾ ਜਿੱਥੇ ਦਿਲੋਂ ਰਿਸ਼ਤਾ ਨਿਭਾਇਆ ਜਾਂਦਾ। ਰਿਸ਼ਤੇ ਦੀ ਰਿਸ਼ਤੇ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਔਰ ਦੋਨਾਂ ਪਾਸੋਂ ਜਿਹੜਾ ਰਿਸ਼ਤਾ ਉਹਦਾ ਪਿਆਰ ਹੈ ਉਹ ਦੋਨਾਂ ਪਾਸੋਂ ਬਰਾਬਰ ਹੁੰਦਾ। ਫਿਰ ਸਲੂਨ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕੀਤਾ, ਸਾਈ ਜੀ ਦਾ ਆਸ਼ੀਰਵਾਦ, ਦਾਤਾ ਗੌਸ ਪਾਕ ਸਰਕਾਰ ਦਾ ਆਸ਼ੀਰਵਾਦ ਲੈ ਕੇ ਇਹ ਜਿਹੜਾ ਕੰਮ ਹੈ ਇਹ ਸ਼ੁਰੂ ਕੀਤਾ। ਔਰ ਭਾਈ ਸਾਡੇ ਸਾਰਿਆਂ ਦੇ ਦਰਸ਼ਨ ਹੋਏ, ਸਾਨੂੰ ਆਉਣਾ ਸੀਗਾ ਇੱਥੇ ਅਤੇ ਬੜਾ ਪਿਆਰ ਸੀ ਬਾਈ ਹੋਰੀ ਕਹਿੰਦੇ ਵੀ ਆਉਣਾ, ਮੈਂ ਕਿਹਾ ਮੈਂ ਆਉਣਾ ਹੀ ਆਉਣਾ, ਜ਼ਰੂਰ ਆਉਣਾ, ਪਰਿਵਾਰ ਦਾ ਕੰਮ। ਅਤੇ ਸਾਰੇ ਆਪਾਂ ਭੈਣ ਭਰਾ ਜਿੱਥੋਂ ਜਿੱਥੋਂ ਵੀ ਤੁਸੀਂ ਪਿਆਰ ਕਰਨ ਵਾਲੇ ਮੈਨੂੰ ਮਿਲਣ ਪਹੁੰਚੇ ਹੋ ਔਰ ਤੁਸਾਨੂੰ ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ